गुड मॉर्निंग क्लास सेवन्थ, आपां अज स्टार्ट करन लगे हाँ एक्सरसाइज 3.1 दा क्वेश्चन नंबर 3। एक बल्लेबाज ने 6 पारियां विच हेठ लिखे अनुसार दौड़ा बनाईया, किन्निया दौड़ा बनाईया? 36, 35, 50, 46, 60 ते 55। इन्हां दौड़ां दा औसत आ जिहड़ा आपां औसत दौड़ां पता करनियां। नाल ही मैं इंग्लिश दे विच वी स्टेटमेंट लिखी आ, क्योंकि जेड़े इंग्लिश मीडियम वाले बच्चे आ उन्हां नूं बुक्स हजे नहीं मिलियां, तां तुसी बेटा स्टेटमेंट मैं तुहानूं क्वेश्चन दे विच लिख के ही दिनी हुंदी आ इंग्लिश दे विच वी, ते जेड़ी कोई कॉमन जी स्टेटमेंट हुंदी आ जिहदे विच इंग्लिश जां पंजाबी नाल बहुता फर्क नहीं पैंदा, मैं सिर्फ ओह स्टेटमेंट नहीं लिखदी। तां हुण वेखो इहदी इंग्लिश दे विच की स्टेटमेंट आ, ए बैट्समैन स्कोर्ड एज फॉलोइंग इन 6 मैचिस। कि एक बैट्समैन, उही गल पंजाबी वेच नाल लिखे होण करके तुहानू समझ भी लग जूगा कि एक बल्लेबाज आ वी एक खिडारी, जिवें तुसी बैट बॉल क्रिकेट खेडदे आ वी जिहड़ा खिडारी खेडदे पए आ उहने 6 जिहड़े मैचां दे विच इन्ने रन बनाए, 36, फिर उहने 35 बनाए, 50, फिर 46, फिर 60, फिर 55। ਤਾਂ ਵੀ ਤੁਸੀਂ ਐਵਰੇਜ ਸਕੋਰ ਪਤਾ ਕਰੋ, ਐਵਰੇਜ ਸਕੋਰ ਜਾਂ ਮੀਨ ਜਾਂ ਜਿਹਨੂੰ ਤੁਸੀਂ ਮੱਧਮਾਨ ਕਹਿੰਦੇ ਸੀ, ਇਹ ਸਾਰਾ ਕੁਛ ਇੱਕੋ ਹੀ ਆ। ਤਾਂ ਮੀਨ ਕੱਢਣ ਦਾ ਫਾਰਮੂਲਾ ਇਹ ਸੀਗਾ ਕਿ ਸਮ ਆਫ ਓਬਜ਼ਰਵੇਸ਼ਨ ਓਵਰ ਨੰਬਰ ਆਫ ਓਬਜ਼ਰਵੇਸ਼ਨ, ਪ੍ਰੇਖਣਾ ਦਾ ਜੋੜ ਬਟਾ ਪ੍ਰੇਖਣਾ ਦੀ ਸੰਖਿਆ। ਔਸਤ, ਔਸਤ ਨੂੰ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਆਪਾਂ ਮੱਧਮਾਨ ਵੀ ਕਹਿੰਦੇ ਹਾਂ, ਮੀਨ ਵੀ ਕਹਿੰਦੇ ਹਾਂ, ਤਾਂ ਐਵਰੇਜ ਵੀ ਕਹਿੰਦੇ ਹਾਂ। ਤਾਂ ਜਦੋਂ ਸਾਨੂੰ ਸਵਾਲ ਦੇ ਵਿੱਚ ਐਵਰੇਜ ਕਿਹਾ ਹੋਊਗਾ ਆਪਾਂ ਐਵਰੇਜ ਲਿਖ ਲਾਂਗੇ, ਜੇ ਮੱਧਮਾਨ ਕਿਹਾ ਹੋਊਗਾ ਮੱਧਮਾਨ ਲਿਖ ਲਾਂਗੇ, ਠੀਕ ਹੈ। ਤਾਂ ਇਸੇ ਤਰ੍ਹਾਂ ਪੰਜਾਬੀ ਵਿੱਚ ਔਸਤ ਕਿਹਾ ਤਾਂ ਆਪਾਂ ਉਹਨੂੰ ਔਸਤ ਲਿਖ ਲਿਆ, ਇੰਗਲਿਸ਼ ਦੇ ਵਿੱਚ ਸਾਨੂੰ ਐਵਰੇਜ ਕਿਹਾ ਸੀ ਐਵਰੇਜ ਲਿਖ ਲਿਆ, ਜੇ ਮੀਨ ਕਿਹਾ ਹੁੰਦਾ ਆਪਾਂ ਮੀਨ ਲਿਖ ਲੈਣਾ ਸੀ। ਤਾਂ ਆਪਾਂ ਫਾਰਮੂਲਾ ਲਿਖ ਲਈਏ, ਸਭ ਤੋਂ ਪਹਿਲਾਂ ਪ੍ਰੇਖਣਾ ਦਾ ਜੋੜ। ਇੰਗਲਿਸ਼ ਮੀਡੀਅਮ ਵਾਲੇ ਬੱਚੇ ਫਾਰਮੂਲਾ ਕੀ ਲਿਖਣਗੇ ਉਹ ਮੈਂ ਇੱਧਰ ਸਾਈਡ 'ਤੇ ਲਿਖ ਦਿੰਦੀ ਹਾਂ। ਇੰਗਲਿਸ਼ ਮੀਡੀਅਮ ਵਾਲੇ ਬੱਚਿਆਂ ਲਈ ਐਵਰੇਜ ਇਜ਼ ਇਕੁਅਲ ਟੂ ਓਬਜ਼ਰਵੇਸ਼ਨਸ, ਤੁਹਾਨੂੰ ਸਮਝ ਆ ਜੂਗੀ ਇਹ। ਤਾਂ ਹੁਣ ਆਪਾਂ ਜੋੜ ਕਰੀਏ ਜਿਹੜੇ ਵੀ ਸਾਨੂੰ ਪ੍ਰੇਖਣ ਜਾਂ ਸਾਨੂੰ ਓਬਜ਼ਰਵੇਸ਼ਨਸ ਦਿੱਤੀਆਂ ਵੀ ਆ। ਤੁਹਾਨੂੰ ਮੈਂ ਦੱਸਿਆ ਸੀ ਵੀ ਸਾਰੇ ਲਿਖਣ ਦੀ ਲੋੜ ਨਹੀਂ ਹੁੰਦੀ, ਪਹਿਲਾ ਅਤੇ ਅਖੀਰਲਾ ਲਿਖ ਲਓ ਅਤੇ ਵਿੱਚ ਡੈਸ਼ ਪਾ ਦਿਓ। ਫਿਰ ਕੁੱਲ ਕਿੰਨੇ ਆ ਇਹ ਪ੍ਰੇਖਣਾ ਦੀ ਸੰਖਿਆ? 6। ਤਾਂ ਹੁਣ ਤੁਸੀਂ ਸਾਰੇ ਬੱਚਿਆਂ ਨੇ ਫਟਾਫਟ ਜੋੜ ਕਰਕੇ ਆਪਦੀਆਂ ਰਫ ਨੋਟਬੁੱਕਸ 'ਤੇ ਦੇਖੋ ਵੀ ਪਲੱਸ ਕਰਕੇ ਜਿਹੜਾ ਕਿੰਨਾ ਆਇਆ ਆਂਸਰ। ਫਟਾਫਟ ਨੋਟਬੁੱਕਸ ਖੋਲ੍ਹੋ, ਸ਼ਾਬਾਸ਼। ਤਾਂ ਇਹਨਾਂ ਨੂੰ ਪਲੱਸ ਕਰਕੇ ਆ ਜੂਗਾ 282। 282 ਨੂੰ ਅਸੀਂ 6 ਦੇ ਨਾਲ ਭਾਗ ਕਰ ਦਾਂਗੇ ਤਾਂ ਸਾਡੇ ਕੋਲ ਆ ਜੂਗਾ 47। ਤਾਂ ਇਹਦਾ ਮਤਲਬ 47 ਦੌੜਾਂ ਜਿਹੜੀਆਂ ਉਹ ਕੀ ਆ, ਐਵਰੇਜ ਹੋ ਗਈ 47। ਇੰਗਲਿਸ਼ ਵਾਲੇ ਲਿਖ ਲੈਣਗੇ ਸਕੋਰਸ। ਤਾਂ 7 ਜਿਹੜੀਆਂ ਦੌੜਾਂ ਉਹ ਕੀ ਹੋ ਗਈਆਂ, ਐਵਰੇਜ ਸਕੋਰ ਹੋ ਗਏ। ਦੇ ਨਾਲ ਦੌੜਾਂ ਜਾਂ ਸਕੋਰ ਜ਼ਰੂਰ ਲਿਖਣਾ, ਕਿਉਂਕਿ ਸਾਨੂੰ ਵੀ ਔਸਤ ਦੌੜਾਂ ਜਾਂ ਐਵਰੇਜ ਸਕੋਰ ਪੁੱਛੇ ਗਏ ਸੀ, ਠੀਕ ਹੈ। ਤਾਂ ਇਹ ਤੁਹਾਡਾ ਕੁਸਚਨ ਨੰਬਰ 3 ਹੋ ਗਿਆ। ਹੁਣ ਆਪਾਂ ਕਰਾਂਗੇ ਕੁਸਚਨ ਨੰਬਰ 4। ਸਟੇਟਮੈਂਟ ਚੌਥੇ ਕੁਸਚਨ ਦੀ ਕੀ ਆ, ਇੱਕ ਸਕੂਲ ਦੇ 10 ਅਧਿਆਪਕਾਂ ਦੀ ਉਮਰ, ਉਮਰ ਕਾਹਦੇ ਵਿੱਚ ਹੁੰਦੀ, ਆਪਾਂ ਸਾਲਾਂ ਵਿੱਚ ਹੀ ਦੱਸਦੇ ਹਾਂ ਨਾ ਵੀ ਮੈਂ 10 ਸਾਲ ਦਾ, 11 ਸਾਲ ਦਾ, ਤਾਂ ਉਮਰ ਹਮੇਸ਼ਾ ਸਾਲਾਂ ਦੇ ਵਿੱਚ ਦਿੱਤੀ ਹੁੰਦੀ ਆ, ਜੇ ਨੇ ਇੱਥੇ ਮੈਂਸ਼ਨ ਕੀਤੀ ਵੀ ਆ ਕਿ ਉਮਰ ਆ ਜਿਹੜੀ ਉਹ ਸਾਲ ਦੇ ਵਿੱਚ ਆ। ਤਾਂ ਇੰਗਲਿਸ਼ ਦੇ ਵਿੱਚ ਕੀ ਆ, ਏਜ ਆਫ 10 ਟੀਚਰਸ ਆਫ ਏ ਸਕੂਲ ਇਨ ਈਅਰਸ, ਕਿ 32, 41, 28, 54। ਤਾਂ 10 ਅਧਿਆਪਕਾਂ ਦੀ ਉਮਰ ਤੁਹਾਨੂੰ ਦਿੱਤੀ ਵੀ ਆ। ਆਪਾਂ ਨੂੰ ਇਸ ਕੁਸਚਨ ਦੇ ਵਿੱਚ 3 ਜਿਹੜੇ ਪਾਰਟ ਆਏ ਦੇ, 3 ਕੁਸਚਨ ਆਪਾਂ ਨੂੰ ਹੋਰ ਪੁੱਛੇ ਗਏ ਆ। ਤਾਂ ਸਾਰਿਆਂ ਤੋਂ ਪਹਿਲਾਂ ਤਾਂ ਤੁਹਾਨੂੰ ਸਟੇਟਮੈਂਟ ਸਮਝ ਲੱਗ ਗਈ ਕਿ ਇੱਕ ਸਕੂਲ ਦੇ ਵਿੱਚ 10 ਟੀਚਰਸ ਆ, ਉਹਨਾਂ ਦੀ ਏਜ ਦਿੱਤੀ ਵੀ ਆ, ਹੈ ਨਾ। ਤਾਂ ਹੁਣ ਸਾਡਾ ਪਹਿਲਾ ਕੁਸਚਨ ਦੇਖਦੇ ਹਾਂ ਆਪਾਂ ਕੀ ਆ, ਸਭ ਤੋਂ ਛੋਟੀ ਅਤੇ ਸਭ ਤੋਂ ਵੱਡੀ ਅਤੇ ਸਭ ਤੋਂ ਛੋਟੀ ਉਮਰ ਵਾਲੇ ਅਧਿਆਪਕਾਂ ਦੀ ਉਮਰ ਕਿੰਨੀ ਹੈ। ਤਾਂ ਬੇਟੇ ਇਹ ਤਾਂ ਦਿੱਤੇ ਹੋਏ ਡੇਟੇ 'ਚੋਂ, ਅੰਕੜਿਆਂ ਵਿੱਚੋਂ ਤੁਹਾਨੂੰ ਚੂਜ਼ ਕਰਨਾ ਬਹੁਤ ਸੌਖਾ। ਤੁਸੀਂ ਵੇਖੋ ਵੀ ਸਾਰਿਆਂ ਤੋਂ ਜ਼ਿਆਦਾ ਏਜ ਵਾਲੇ ਕਿਹੜੇ ਅਧਿਆਪਕ ਆ, ਸਭ ਤੋਂ
ਵੱਡੀ ਉਮਰ ਵਾਲੇ ਅਧਿਆਪਕ ਇੱਕ ਤਾਂ ਅਸੀਂ ਦੱਸਣੇ ਆ, ਹੈ ਨਾ, ਤਾਂ ਇੰਗਲਿਸ਼ ਵਿੱਚ ਉਹਨਾਂ ਨੂੰ ਕਹਿ ਦਿੰਦੇ ਹਾਂ ਆਪਾਂ ਓਲਡੈਸਟ ਟੀਚਰ, ਹੈ ਨਾ, ਅਤੇ ਸਭ ਤੋਂ ਛੋਟੀ ਉਮਰ ਵਾਲੇ ਅਧਿਆਪਕ ਦੱਸਣੇ ਆ ਆਪਾਂ। ਜਿੰਨੀ ਦੇਰ ਮੈਂ ਲਿਖੀ ਜਾਂਦੀ ਹਾਂ ਤੁਸੀਂ ਫਟਾਫਟ ਲੱਭ ਲਓ ਉਹਦੇ ਵਿੱਚੋਂ ਅਧਿਆਪਕ ਯੰਗੈਸਟ। ਇੰਗਲਿਸ਼ ਦੇ ਵਿੱਚ ਆਪਾਂ ਉਹਨਾਂ ਨੂੰ ਕਹਿ ਦਿੰਦੇ ਹਾਂ ਯੰਗੈਸਟ ਟੀਚਰ। ਤਾਂ ਹੁਣ ਵੇਖ ਲਓ, ਤੁਸੀਂ ਵੇਖ ਹੀ ਲਿਆ ਹੋਊਗਾ ਕਿ ਸਾਰਿਆਂ ਤੋਂ ਜਿਹੜੇ ਵੱਡੀ ਉਮਰ ਦੇ ਅਧਿਆਪਕ ਆ ਉਹ 54 ਸਾਲ ਦੇ ਆ, ਅਤੇ ਸਾਰਿਆਂ ਤੋਂ ਛੋਟੀ ਉਮਰ ਆ ਜਿਹੜੀ ਉਹ ਇੱਕ ਅਧਿਆਪਕ ਆ ਜਿਨ੍ਹਾਂ ਦੀ ਉਮਰ ਕਿੰਨੀ ਆ, 23 ਸਾਲ ਆ। ਠੀਕ ਹੈ, ਤਾਂ ਕਿਉਂਕਿ ਆਪਾਂ ਨੂੰ ਉਹਨੇ ਏਜ ਆ ਜਿਹੜੀ ਇਨ ਈਅਰਸ ਕਹੀ ਵੀ ਆ, ਤਾਂ ਆਪਾਂ ਨਾਲ ਕੀ ਲਾ ਦਾਂਗੇ, ਸਾਲ। ਇੰਗਲਿਸ਼ ਵਾਲਿਆਂ ਨੂੰ ਪਤਾ ਹੀ ਆ ਸਾਲ ਨੂੰ ਇੰਗਲਿਸ਼ 'ਚ ਕਹਿੰਦੇ ਆ ਈਅਰਸ, ਤਾਂ ਇੱਥੇ ਵੀ ਤੁਸੀਂ ਕੀ ਲਿਖ ਦੋਗੇ, ਈਅਰਸ, ਹੈ ਨਾ। ਤਾਂ ਹੁਣ ਇਹ ਹੋ ਗਿਆ ਸਾਡਾ ਫਸਟ ਪਾਰਟ ਹੋ ਗਿਆ। ਹੁਣ ਸੈਕਿੰਡ ਪਾਰਟ ਦੇ ਵਿੱਚ ਤੁਹਾਨੂੰ ਪੁੱਛੀ ਵੀ ਆ ਵੀ ਜਿਹੜੇ ਅਧਿਆਪਕ ਆ ਉਹਨਾਂ ਦੇ ਏਜ ਦੀ ਵਿਚਲਨ ਸੀਮਾ ਪੁੱਛੀ ਗਈ ਆ। ਇੰਗਲਿਸ਼ ਦੇ ਵਿੱਚ ਵਿਚਲਨ ਸੀਮਾ ਨੂੰ ਕਹਿੰਦੇ ਆ ਰੇਂਜ। ਤਾਂ ਬੇਟਾ ਰੇਂਜ ਆ ਜਾਂ ਵਿਚਲਨ ਸੀਮਾ ਨਾ, ਇਹਦਾ ਕੁਸਚਨ ਇੱਕ ਪੇਪਰ ਦੇ ਵਿੱਚ ਜ਼ਰੂਰ ਪੁੱਛਿਆ ਜਾਂਦਾ। ਤਾਂ ਮੈਂ ਤੁਹਾਨੂੰ ਹੁਣ ਇਹ ਦੱਸਦਾ ਕਿ ਵਿਚਲਨ ਸੀਮਾ ਕੱਢੀ ਦੀ ਕਿਵੇਂ ਹੁੰਦੀ ਆ। ਕਿਸੇ ਵੀ ਡੇਟੇ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਅੰਕੜਾ ਹੁੰਦਾ ਅਤੇ ਸਭ ਤੋਂ ਛੋਟਾ ਅੰਕੜਾ ਹੁੰਦਾ ਉਹਨਾਂ ਦਾ ਮਾਈਨਸ ਕਰਕੇ ਸਾਡੇ ਕੋਲ ਵਿਚਲਨ ਸੀਮਾ ਆਉਂਦੀ ਆ, ਰੇਂਜ ਆਉਂਦੀ ਆ। ਤਾਂ ਹੁਣ ਸਾਡੇ ਕੋਲ ਅਸੀਂ ਪਹਿਲਾਂ ਹੀ ਕੱਢ ਕੇ ਹਟੇ ਹਾਂ, ਸਭ ਤੋਂ ਵੱਡਾ ਜਿਹੜੀ ਏਜ ਆ ਉਹ ਹੈਗੀ ਆ 54, ਅਤੇ ਸਾਰਿਆਂ ਤੋਂ ਛੋਟਾ ਅੰਕੜਾ ਕਿੰਨਾ, 23 ਆ ਇਹਦੀ। ਤਾਂ 31 ਸਾਲ ਜਾਂ 31 ਈਅਰਸ ਇਹ ਕੀ ਹੋ ਗਈ, ਰੇਂਜ ਹੋ ਗਈ ਜਿਹੜਾ ਵੀ ਸਾਨੂੰ ਡਾਟਾ ਪੁੱਛਿਆ ਗਿਆ ਸੀਗਾ। ਤੁਹਾਡਾ ਫਿਰ ਉਹੀ ਆ ਵੀ ਅਧਿਆਪਕਾਂ ਦੇ 10 ਅਧਿਆਪਕਾਂ ਦੀ ਉਮਰ ਦਾ ਸਾਨੂੰ ਮੀਨ ਕੱਢਣ ਨੂੰ ਕਿਹਾ। ਤਾਂ ਮੀਨ ਦੇ ਵਿੱਚ ਤੁਹਾਨੂੰ ਜਿਵੇਂ ਮੈਂ ਵਾਰੀ ਵਾਰੀ ਦੱਸ ਚੁੱਕੀ ਹਾਂ ਫਾਰਮੂਲਾ ਕੀ ਹੁੰਦਾ, ਸਮ ਆਫ ਓਬਜ਼ਰਵੇਸ਼ਨ ਓਵਰ ਨੰਬਰ ਆਫ ਓਬਜ਼ਰਵੇਸ਼ਨਸ, ਤੁਸੀਂ ਉਹ ਫਾਰਮੂਲਾ ਜਿਹੜਾ ਮੈਂ ਤੀਜਾ ਕੁਸਚਨ ਕਰਵਾਇਆ ਉੱਥੇ ਵੀ ਲਿਖਿਆ, ਪਹਿਲੇ ਦੂਜੇ ਕੁਸਚਨ 'ਚ ਵੀ ਲਿਖਿਆ ਉਹ ਫਾਰਮੂਲਾ, ਤੁਸੀਂ ਹੁਣ ਉਹ ਵੀਡੀਓ ਦੇ ਵਿੱਚੋਂ ਜਾਂ ਤੁਸੀਂ ਆਪਣੀ ਕਾਪੀ 'ਤੇ ਜੇ ਉਹ ਕੀਤੇ ਵੇ ਆ ਸਮ ਤਾਂ ਉੱਥੋਂ ਫਾਰਮੂਲਾ ਆਪੇ ਲਿਖੋਗੇ। ਮੈਂ ਸਿਰਫ ਹੁਣ ਇਹਨਾਂ ਦਾ ਜੋੜ ਜਿਹੜਾ ਨੈਕਸਟ ਸਟੈਪ ਆ ਉਹ ਲਿਖਤਾ, 32 ਜਮ੍ਹਾਂ 41, ਬਾਕੀ ਸਾਰੇ ਲਈ ਡੈਸ਼ ਪਾ ਕੇ ਅਖੀਰਲੀ ਏਜ ਲਿਖਤੀ 40 ਅਤੇ ਬਟਾ 10। ਤਾਂ ਹੁਣ ਤੁਸੀਂ ਫਟਾਫਟ ਸਾਰੇ ਬੱਚੇ ਆਪਣੀਆਂ ਨੋਟਬੁੱਕਸ 'ਤੇ ਇਹਨੂੰ ਪਲੱਸ ਕਰੋਗੇ, ਜੋੜਗਾ 350 ਬਟਾ 10, 0 ਦੇ ਨਾਲ 0 ਕੱਟੇਗੀ, ਤਾਂ 35 ਸਾਲ ਆ ਜਿਹੜੀ ਉਹ ਐਵਰੇਜ ਆ ਗਿਆ, ਮੀਨ ਏਜ ਆ ਗਈ 10 ਟੀਚਰਸ ਦੀ। ਨੰਬਰ 5 ਅਤੇ ਇਹ ਲਾਸਟ ਕੁਸਚਨ ਆਪਣੀ ਐਕਸਰਸਾਈਜ਼ ਦਾ, ਇਹਦੇ ਨਾਲ ਹੀ ਤੁਹਾਡੀ ਜਿਹੜੀ ਐਕਸਰਸਾਈਜ਼ ਕੰਪਲੀਟ ਹੋ ਜੂਗੀ। ਤਾਂ ਹੁਣ ਦੇਖੋ ਆਪਾਂ ਨੂੰ ਕੀ ਦਿੱਤਾ ਕੁਸਚਨ ਨੰਬਰ 5 ਦੇ ਵਿੱਚ, ਤੁਹਾਨੂੰ ਇੱਕ ਟੇਬਲ ਬਣਾ ਕੇ ਦਿਖਾਇਆ ਗਿਆ ਕਿ ਇੱਕ ਹਫ਼ਤੇ ਦੇ ਵਿੱਚ 7 ਦਿਨਾਂ ਦੇ ਵਿੱਚ ਜਿਹੜੀ ਵਰਖਾ ਹੋਈ ਆ, ਕੋਈ ਇੱਕ ਸਪੈਸ਼ਲ ਵੀਕ ਲੈ ਲਿਆ ਉਹਨਾਂ ਨੇ ਕਿਸੇ ਖਾਸ ਹਫ਼ਤੇ ਦੇ 7 ਦਿਨ ਹੋਈ ਵਰਖਾ, MM ਦੇ ਵਿੱਚ ਜਿਹੜੀ ਜਿਵੇਂ ਆਪਾਂ ਨੂੰ ਉਮਰ ਆ ਜਿਹੜੀ ਉਹ ਸਾਲਾਂ ਦੇ ਵਿੱਚ ਦਿੱਤੀ ਹੁੰਦੀ ਆ, ਤਾਂ ਉਵੇਂ ਹੀ ਉਹਨਾਂ ਨੇ ਇਹ ਜਿਹੜੀ ਵਰਖਾ ਦਾ ਸਾਨੂੰ ਪੈਮਾਨਾ ਦੱਸਿਆ ਵਿਆ। ਤਾਂ ਤੁਸੀਂ ਇਹਨੂੰ ਕਨਫਿਊਜ਼ ਨਹੀਂ ਹੋਣਾ ਲੈ ਕੇ, ਇੰਗਲਿਸ਼ ਦੇ ਵਿੱਚ ਰੇਨਫੋਲ ਇਨ 7 ਡੇਜ਼ ਦਿੱਤੀ ਵੀ ਆ। ਠੀਕ ਹੈ, ਤਾਂ ਟੇਬਲ ਆ ਜਿਹੜਾ ਮੈਂ ਤੁਹਾਡੇ ਲਈ ਬਣਾਇਆ ਵਿਆ। ਹੁਣ ਇਹਦੇ ਵੀ ਕੁਸਚਨ ਦੇ 3 ਪਾਰਟ ਆ। ਪਹਿਲੇ ਪਾਰਟ ਦੇ ਵਿੱਚ ਸਾਨੂੰ ਵਿਚਲਨ ਸੀਮਾ ਪੁੱਛੀ ਗਈ ਆ, ਤਾਂ ਤੁਹਾਨੂੰ ਕੁਸਚਨ ਨੰਬਰ ਜਦੋਂ ਮੈਂ 4 ਕਰਵਾਇਆ ਸੀ ਉਹਦੇ ਵਿੱਚ ਵੀ ਆਪਾਂ ਵਿਚਲਨ ਸੀਮਾ ਕੀਤੀ ਸੀਗੀ, ਬਹੁਤ ਚੰਗੀ ਤਰ੍ਹਾਂ ਸਮਝਾਇਆ ਸੀ ਕਿ ਸਾਰਿਆਂ ਤੋਂ ਜਿਹੜਾ ਵੱਡਾ ਅੰਕੜਾ ਹੁੰਦਾ ਉਹ ਅਤੇ ਸਾਰਿਆਂ ਤੋਂ ਛੋਟੇ ਅੰਕੜੇ ਦਾ ਜਿਹੜਾ ਡਿਫਰੈਂਸ ਹੁੰਦਾ, ਅੰਤਰ ਹੁੰਦਾ ਜਾਂ ਮਾਈਨਸ ਕਰਕੇ ਜੋ ਉੱਤਰ ਆਉਂਦਾ ਉਹਨੂੰ ਕਹਿੰਦੇ ਆ ਰੇਂਜ ਜਾਂ ਵਿਚਲਨ ਸੀਮਾ। ਤਾਂ ਹੁਣ ਆਪਾਂ ਵੇਖਾਂਗੇ ਬੇਟਾ ਕਿ ਸਾਰਿਆਂ ਤੋਂ ਜ਼ਿਆਦਾ ਵਰਖਾ ਜਿਹੜੀ ਉਹ ਕਿੱਦਣ ਹੋਈ। ਤਾਂ ਦੇਖੋ ਸ਼ੁੱਕਰਵਾਰ ਨੂੰ 20.5 MM ਆ ਜਿਹੜੀ ਉਹ ਵਰਖਾ ਹੋਈ, ਅਸੀਂ ਸਾਰਿਆਂ ਤੋਂ ਵੱਧ ਜਿਹੜੀ ਵਰਖਾ ਉਹ ਲਿਖ ਲਈ 20.5। ਅਤੇ ਹੁਣ ਸਾਰਿਆਂ ਤੋਂ ਘੱਟ ਵਰਖਾ ਦੇਖੋ, ਸਾਰਿਆਂ 'ਚ ਜਦੋਂ ਤੁਸੀਂ ਦੇਖੋਗੇ ਤਾਂ 0.0 ਜਿਹੜੀ ਉਹ ਸਾਰਿਆਂ ਤੋਂ ਘੱਟ ਆ।
तो जो आप इन्हों माइनस करा 20.5 दे विच्चो जीरो जो असी घटाई तो आंसर जेड़ा वह सेम आजूगा नाल असी ला देंगे एम ये आ गई साड़ी रेंज विचलन सीमा। फिर दूजे पार्ट में सानू मध्यमान पूछा गया भी मध्यमान वर्खा किन्नी सी या मीन जेड़ी रेन सी वह किन्नी सी ता उही फार्मूला हुण तुसीं फिर आपे लिखोगे सम ऑफ ऑब्जरवेशन ओवर नंबर ऑफ ऑब्जरवेशन प्रेक्षणा का जोड़ बटा प्रेक्षणा की संख्या। तो आप जिवें लिख दी हाँ सत्त देना तो आप ला लिया बटा सत्त। हुण गल आ जानी आ कि तुहानू ये लगना भी असान डेसीमल का जोड़ आ जिहड़ा दशमलव का जोड़ आ वह करना अक्सर बच्चों नू नहीं आता तो वह मैं तुहानू इत्थे सिखा दिनी आ एक बारी विखा भी दिनी आ कि असी डेसीमल का जिहड़ा जोड़ आ असी पहला लिखी सारियां तो साडी पहले दिन जिहड़ी वर्खा होई 0.01। हुण बेटा डेसीमल दे हेठा डेसीमल ला के फिर डेसीमल तो बाद वाला अंक तो फिर उस तो पहला वाला ठीक है फिर डेसीमल पहला ला लो डेसीमल तो बाद वाला अंक पहला वाला अंक फिर डेसीमल फिर मतलब कि जदों भी असी डेसीमल वालियां संख्यावां दा जोड़ करना हुंदा तां आपां ये वेखना हुंदा वी डेसीमल दे थल्ले दशमलव दे हेठां ही दशमलव ला के उदों बाद वाला ते पहला वाले अंक लाउणे हुंदे आ फिर अपना जोड़ आ जिहड़ा उह कदे भी रोंग नहीं होगा। हुण आपां जदों इहदा जोड़ करांगे 31 आ गया ठीक है तो हुण आपां इत्थे ला देंगे 41.31 ते इहनूं हुण तुसीं अपने रफ वर्क दे विच सत्त दे नाल भाग करके देखोगे भाग किया सत्त नाल गया पांच ते सत्त पांजा 35 इत्थे 6 बाकी आ गए डेसीमल इत्थे लग गया उपरों असी 3 उतार लिया तो 9 7 63 फिर उपरों 1 उतारिया फिर असी 0 ला सकते हैं तो 7 1 7 तो ये दशमलव तो बाद असी 0 ला ला के जिन्ना मर्जी भाग कर सकते हैं पर हुण असी अपना जिहड़ा आंसर आ वह सिर्फ 5.9 ला लांगे। ये साडी जिहड़ी हैगी आ एवरेज रेन आ जिहड़ी मीन रेन या मध्यमान वर्खा जिहड़ी सारे दिनां दे विच किन्नी होई 5.9 mm। हुण अगला वेखो भी किन्ने दिन वर्खा मध्यमान वर्खा तो घट होई नंबर ऑफ डेज रेन लैस दैन मीन रेन भी जिन्नी मीन रेन आई सी 5.9 ये तो घट घट वर्खा देखो भी किहड़े किहड़े दिन आ घट वर्खा देखो ये भी 5.9 तो घट आ ये भी 5.9 तो ये भी वी वाली वड्डी हो गई ये भी घट आ क्योंकि ये 5.5 आ तो यह भी घट आ तो हुण असी गिणीए किहड़े किहड़े दिन घट वर्खा हुई 1 2 3 4 5 तो इहदा आंसर की आ गया 5 दिन जिहड़ी वर्खा वह घट हुई 5.9 दे नालों तो इंग्लिश वाले लिख लैणगे दिन की थां ते डेज। तो यह तुहाडा क्वेश्चन नंबर 5 कंप्लीट हो गया एक्सरसाइज भी तुहाडी कंप्लीट हो गई है तो इस एक्सरसाइज़ नूं हुण तुसीं ध्यान नाल अपनियां नोटबुक्स ते कर लेना। थैंक यू।